वाहिगुरु जी का खालसा, वाहिगुरु जी की फतेह। जिन्हें भी महापुरख होए ने पंथ दे, कौम दे, सारे धर्मां दे, सारे बहुत ज़्यादा सत्कारयोग ने, वड्डे ने, महान ने। किसी भी महापुरख की संगत करनी, महापुरख की बख्शिश लैनी, असीसा लैनियाँ, बहुत वड्डी गल आ। किसी भी महापुरख का संग बड़ी किस्मत नाल मिलता है, सारे बड़े महान महापुरख ने। पर तुसी एक गल हमेशा देखी होनी आ, जिहड़े बाबा अवतार सिंह जी ने विधी जंदी है, जां बाबा गुरबचन सिंह जी विधी जंदी है, जे तुसी इन्हां दीआं वीडियोज़ देख लवो, ये कितने भी जाते ने जां बैठे ने, जां इन्हां दीआं फोटोआं सरूप देख लवो, एक अलग जी खिच पैदा होंदी है। मैं दोबारा दस दिना, सारे महापुरख बहुत सत्कारयोग ने, सारे बड़े वड्डे ने, सारिया की बख्शिश लैनी, असीसा लैनी है, बड़ी वड्डी गल आ। कोई कंपेयर नहीं करता मैं किसी दे नाल, सारे सारे महान ने। पर जिहड़े इह विधि जांदीए संपर्दा वाले महापुरख ने, उन्हां दीआं फोटोआं वीडियोज़ देख के एक खिच जी क्यों पैंदी आ? चलो मैं इहदे ते बाद च आउणा। जदों ना कोई फौज की भर्ती होंदी आ, फौजी रखे जाते ने, उहदे रिटन टैफ्ट तो अलावा एक फिजिकल टैफ्ट हुंदा हुंदा आ। फिजिकल टैफ्ट दे विच रेस लवाई जाती आ, लोंग जंप जां हाई जंप, तो एक उहदा ना हाइट ते छाती नापी जाती है ना, हाइट ते चैफ्ट। हुण अगली गल, तुसी जिहड़ा हिस्टरी तो सुनी है ना, भी दिवाली नूं जां बंदी छोड़ दिवस वाले दिन गुरु हरगोबिंद साहिब ने 52 राजे रिहा कराए सीगे ग्वालियर दे किले तों, ते उह रिहा कराए सी ने महाराज ने अपने चोले दे नाल, है ना, चोले नाल 52 कलियां लगियां सीगियां। तुसी चोले दे दर्शन कीते होणगे, गुरु हरगोबिंद साहिब दा चोला कित्थे पिया? उह कढाणी साहिब, पिंड कढाणी, ਜ਼ਿਲ੍ਹਾ ਲੁਧਿਆਣਾ, ਇਹ ਰਾੜਾ ਸਾਹਿਬ ਦੇ ਕੋਲ ਆ। ਰਾੜਾ ਸਾਹਿਬ ਸੰਤ ਬਾਬਾ ਈਸ਼ਰ ਸਿੰਘ ਜੀ ਵਾਲਾ, ਹੈ ਨਾ। ਤੁਸੀਂ ਨੈੱਟ 'ਤੇ ਵੀ ਸਰਚ ਕਰਕੇ ਦੇਖਿਓ, ਉਹ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਚੋਲਾ ਨਾ, ਉਹ ਬੜਾ ਵੱਡਾ ਆ, ਲੰਬਾਈ ਵੀ ਬਹੁਤ ਆ, ਉਹਦੀ ਚੌੜਾਈ ਵੀ ਬਹੁਤ ਆ, ਵਿੜਤ ਵੀ ਬਹੁਤ ਆ। ਕਾਹਤੇ? ਹਿਸਟਰੀ ਇਹ ਗੱਲ ਕਹਿੰਦੀ ਆ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਕੱਦ ਸੀਗਾ, ਜਿਹੜੀ ਹਾਈਟ ਸੀਗੀ, ਉਹ 7.5 ਫੁੱਟ ਤੋਂ ਵੀ ਜ਼ਿਆਦਾ ਸੀਗੀ, 7.5 ਫੁੱਟ ਤੋਂ ਜ਼ਿਆਦਾ, ਅਤੇ ਉਹਨਾਂ ਦਾ ਵੇਟ ਵੀ ਬਹੁਤ ਜ਼ਿਆਦਾ ਸੀਗਾ, ਅਤੇ ਛਾਤੀ ਵੀ ਬਹੁਤ ਚੌੜੀ ਸੀਗੀ, ਠੀਕ ਹੈ ਜੀ। ਅਤੇ ਹੁਣ ਹਿਸਟਰੀ ਇਹ ਵੀ ਗੱਲ ਕਹਿੰਦੀ ਆ ਵੀ ਜਦੋਂ ਬਾਬਾ ਬਿਧੀ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਦੇ 2 ਘੋੜੇ ਲੈ ਕੇ ਆਏ ਸੀਗੇ, ਜਿਹੜੇ ਘੋੜੇ ਲਾਹੌਰ ਉਹਨਾਂ ਨੇ ਲੁੱਟ ਲਏ ਸੀਗੇ, ਹੈ ਨਾ, ਸੰਗਤ ਜਿਹੜੇ ਘੋੜੇ ਲੈ ਕੇ ਨਹੀਂ ਸੀ ਆਈ ਹੈਗੀ, ਦੋ ਘੋੜੇ ਸੰਗਤ ਗੁਰੂ ਸਾਹਿਬ ਵਾਸਤੇ ਲੈ ਕੇ ਆਈ ਸੀਗੀ, ਉਹ 2 ਘੋੜੇ ਮੁਗਲਾਂ ਨੇ, ਦੁਸ਼ਮਣਾਂ ਨੇ ਨਾ ਲਾਹੌਰ ਸੰਗਤ ਨੂੰ ਖੋਲ੍ਹੇ ਸੀਗੇ, ਫਿਰ ਬਾਬਾ ਬਿਧੀ ਚੰਦ ਜੀ ਉਹ 2 ਘੋੜੇ ਲੈ ਕੇ ਆਏ ਸੀਗੇ ਗੁਰੂ ਹਰਗੋਬਿੰਦ ਸਾਹਿਬ ਦੇ ਲਈ। ਫਿਰ ਜਦੋਂ 2 ਘੋੜੇ ਵਾਪਸ ਲੈ ਕੇ ਆਏ, ਗੁਰੂ ਹਰਗੋਬਿੰਦ ਸਾਹਿਬ ਨੇ ਇਹ ਕਿਹਾ ਸੀ ਬਿਧੀ ਚੰਦ ਛੀਨਾ, ਬਿਧੀ ਚੰਦ ਉਹਨਾਂ ਦਾ ਨਾਮ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਠੀਕ ਹੈ। ਹੁਣ ਦੇਖੋ ਉਹੀ ਗੱਲ, ਜਦੋਂ ਕੋਈ ਵੀ ਫੌਜ ਦੀ ਭਰਤੀ ਹੁੰਦੀ ਆ, ਹਾਈਟ ਅਤੇ ਚੈਫਟ ਨਾਪਦੇ ਨੇ। ਦੂਜੀ ਗੱਲ, ਗੁਰੂ ਹਰਗੋਬਿੰਦ ਸਾਹਿਬ ਦਾ ਚੋਲਾ ਉਹ ਬਹੁਤ ਚੌੜਾ ਆ, ਵੱਡਾ ਆ, ਇਹਦਾ ਮਤਲਬ ਗੁਰੂ ਹਰਗੋਬਿੰਦ ਸਾਹਿਬ ਦੀ ਛਾਤੀ ਉਹ ਬੜੀ ਵੱਡੀ, ਛਾਤੀ ਨੂੰ ਸੀਨਾ ਕਹਿੰਦੇ ਨੇ, ਹੈ ਨਾ। ਫਿਰ ਕੀ ਕਿਹਾ ਸੀ ਗੁਰੂ ਸਾਹਿਬ ਨੇ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਛੀਨਾ ਮਤਲਬ ਹੈ ਨਾ ਸੀਨਾ, ਆ ਛਾਤੀ ਸਾਰੀ, ਸਾਰੀ ਜਾਨ ਇਹਦੇ ਵਿੱਚ ਆ, ਮਤਲਬ ਸਾਰੀ ਜਾਨ ਗੁਰੂ ਹਰਗੋਬਿੰਦ ਸਾਹਿਬ ਨੇ ਬਿਧੀ ਚੰਦ ਛੀਨਾ ਨੂੰ ਦਿੱਤੀ, ਠੀਕ ਆ। ਹੁਣ ਅਗਲੀ ਗੱਲ, ਛਾਤੀ ਦੇ ਵਿੱਚ ਕੀ ਹੁੰਦਾ ਆ? ਛਾਤੀ ਦੇ ਵਿੱਚ ਹੁੰਦਾ ਦਿਲ, ਠੀਕ ਆ, ਛਾਤੀ ਵਿੱਚ ਹੁੰਦਾ ਹਾਰਟ, ਅਤੇ ਹਾਰਟ ਧੜਕਦਾ ਆ,
ਉਹੀ ਆਪਣੇ ਬਾਡੀ ਦਾ ਮੇਨ ਪਾਰਟ ਆ ਦਿਲ। ਇਹਦਾ ਮਤਲਬ ਕੀ ਹੋਇਆ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਦਿਲ ਦਿੱਤਾ ਬਿਧੀ ਚੰਦ ਛੀਨਾ ਨੂੰ, ਜਾਂ ਇਹ ਕਹਿ ਲਓ ਵੀ ਗੁਰੂ ਹਰਗੋਬਿੰਦ ਸਾਹਿਬ ਅਤੇ ਬਿਧੀ ਚੰਦ ਛੀਨਾ ਦਾ ਦਿਲ ਇੱਕ। ਠੀਕ ਆ, ਕਿਉਂਕਿ ਮਹਾਰਾਜ ਕਹਿੰਦੇ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਸਾਰਾ ਜ਼ੋਰ ਸਾਰੀ ਪਾਵਰ ਦੇਤੀ, ਦਿਲ ਦੇਤਾ ਮਤਲਬ ਸਾਰਾ ਕੁਛ ਇਹ ਦੇਤਾ, ਸਾਰਾ ਕੁਛ ਛਾਤੀ ਵਿੱਚ, ਛਾਤੀ ਮੇਨ ਪਾਰਟ ਆ, ਛਾਤੀ ਮਤਲਬ ਜਾਨ। ਠੀਕ ਆ, ਫਿਰ ਉਹਦੇ ਵਿੱਚ ਦਿਲ, ਦਿਲ ਨਾਲ ਹਾਰਟ ਬੀਟ ਚੱਲਦੀ ਆ, ਸਾਰਾ ਸਰਕਲ ਖੂਨ ਦਾ ਸਾਰਾ ਮੇਨ ਉਹ ਆ। ਕਹਿਣ ਦਾ ਭਾਵ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਰਾ ਕੁਛ ਹੀ ਬਿਧੀ ਚੰਦ ਛੀਨਾ ਜੀ ਨੂੰ ਦਿੱਤਾ। ਇਸੇ ਕਰਕੇ ਜਦੋਂ ਤੁਸੀਂ ਬਾਬਾ ਅਵਤਾਰ ਸਿੰਘ ਜੀ ਬਿਧੀ ਚੰਦੀਏ ਜਾਂ ਬਾਬਾ ਗੁਰਬਚਨ ਸਿੰਘ ਜੀ ਬਿਧੀ ਚੰਦੀਏ, ਉਹ ਦੋਨਾਂ ਦੀਆਂ ਤੁਸੀਂ ਵੀਡੀਓਜ਼ ਦੇਖਦੇ ਹੋ ਜਾਂ ਫੋਟੋਆਂ ਦੇਖਦੇ ਹੋ, ਇੱਕ ਅਲੱਗ ਖਿੱਚ ਪੈਦਾ ਹੁੰਦੀ ਆ। ਸਤਿਕਾਰਯੋਗ ਸਾਰੇ ਮਹਾਂਪੁਰਖ ਬਹੁਤ ਨੇ, ਸਾਰੇ ਮਹਾਂਪੁਰਖਾਂ ਦੀ ਚਰਨ ਧੂੜੀ ਬੜੀ ਕਿਸਮਤ ਨਾਲ ਮਿਲਦੀ ਆ, ਪਰ ਇਹ ਦੋ ਮਹਾਂਪੁਰਖ ਉਹ ਨੇ ਜਿਨ੍ਹਾਂ ਨੂੰ, ਜਿਨ੍ਹਾਂ ਦੇ ਪੁਰਖਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਵਰ ਦਿੱਤਾ ਸੀ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਸਾਰਾ ਜ਼ੋਰ ਸਾਰਾ ਪਿਆਰ ਸਾਰੀਆਂ ਪਾਵਰਾਂ ਸਾਰੀਆਂ ਸ਼ਕਤੀਆਂ ਸਾਰੀਆਂ ਬਖਸ਼ਿਸ਼ਾਂ ਇਹ ਸੰਪਰਦਾ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤੀਆਂ। ਇਸੇ ਕਰਕੇ ਬੜੀ ਖਿੱਚ ਪੈਦਾ ਹੁੰਦੀ ਆ ਬਾਬਾ ਅਵਤਾਰ ਸਿੰਘ ਜੀ ਬਿਧੀ ਚੰਦੀਏ ਅਤੇ ਬਾਬਾ ਗੁਰਬਚਨ ਸਿੰਘ ਜੀ ਬਿਧੀ ਚੰਦੀਏ। ਜੇ ਵੀਡੀਓ ਠੀਕ ਲੱਗੇ ਕਮੈਂਟ ਜ਼ਰੂਰ ਕਰਕੇ ਦੱਸਿਓ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।